ਸਤਿ ਸ਼੍ਰੀ ਅਕਾਲ ਜੀ। ਇਹ ਵੀਡੀਓ ਇੱਕ ਬਹੁਤ ਹੀ ਗਰੀਬ ਮਜ਼ਦੂਰ ਦੀ 16 ਸਾਲ ਦੀ ਬੇਟੀ ਬਿਪਿਨਪ੍ਰੀਤ ਕੌਰ ਦੀ ਹੈ, ਜੋ ਕਿ ਗਿੱਦੜਵਾ ਦੇ ਪਿੰਡ ਆਸਾ ਬੁੱਟਰ ਦੇ ਰਹਿਣ ਵਾਲੀ ਹੈ। ਇਸ ਬੱਚੇ ਨੂੰ ਗਠੀਆਵਾ ਦੀ ਬਿਮਾਰੀ ਹੈ ਔਰ ਬਿਮਾਰੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਇਹ ਬੱਚਾ ਚੱਲ ਫਿਰ ਨਹੀਂ ਸੀ ਸਕਦਾ। ਲੋਕਲ ਡਾਕਟਰਸ ਨੇ ਜਵਾਬ ਦਿੱਤਾ ਸੀ ਤਾਂ ਇਹਦੇ ਇਲਾਜ ਲਈ ਇਹਨੂੰ ਚੰਡੀਗੜ੍ਹ ਲਿਜਾਇਆ ਗਿਆ। ਜਿਸ ਦਿਨ ਇਹ ਬੱਚਾ ਚੰਡੀਗੜ੍ਹ ਪਹੁੰਚਿਆ ਤਾਂ ਇਹਦੇ ਫਾਦਰ ਨੇ ਇਹਨੂੰ ਚੱਕ ਕੇ ਕਾਰ ਚੋਂ ਕੱਢਿਆ, ਕਿਉਂਕਿ ਬਾਡੀ ਬਿਲਕੁਲ ਜੁੜ ਚੁੱਕੀ ਸੀ ਇਹਦੀ। ਇਹ ਇੱਕ ਹਫ਼ਤੇ ਲਈ PGI ਦਾਖਲ ਰਹੀ, ਇਲਾਜ ਚੱਲਿਆ ਇਹਦਾ, ਅਤੇ ਯਕੀਨ ਮੰਨਿਆ ਜਾਏ ਕਿ ਜਿਸ ਦਿਨ ਇਹਨੂੰ ਡਿਸਚਾਰਜ ਕੀਤਾ ਹੋਸਪਿਟਲ 'ਚੋਂ, ਇਹ ਆਪਦੇ ਪੈਰਾਂ ਸਿਰ ਆਪ ਚੱਲ ਕੇ ਗਈ। ਇਹਨੂੰ ਤੰਦਰੁਸਤ ਵੇਖ ਕੇ ਇੱਕ ਬਹੁਤ ਹੀ ਸਕੂਨ ਮਿਲਿਆ, ਬੜੀ ਸ਼ਾਂਤੀ ਮਿਲੀ। ਤੰਦਰੁਸਤੀ ਦੁਨੀਆ ਦੀ ਸਭ ਨਾਲੋਂ ਵੱਡੀ ਨਿਆਮਤ ਹੈ। ਜੇ ਕਿਸੇ ਨੂੰ ਵੀ ਤੰਦਰੁਸਤ ਕਰਨ ਦੇ ਵਿੱਚ, ਕਿਸੇ ਦੀ ਬਿਮਾਰੀ ਦੂਰ ਕਰਨ ਦੇ ਵਿੱਚ ਕੋਈ ਯੋਗਦਾਨ ਪਾ ਸਕਦੇ ਹੋ ਤਾਂ ਜ਼ਰੂਰ ਪਾਓ। ਅਤੇ ਕਿਸੇ ਨੂੰ ਵੀ ਜੇ ਜਾਣਦੇ ਹੋ ਜਿਹਨੂੰ ਇਲਾਜ ਦੀ ਜ਼ਰੂਰਤ ਹੈ ਤਾਂ ਪਲੀਜ਼ ਉਹਨੂੰ ਆਸਰਾ ਫਾਊਂਡੇਸ਼ਨ ਬਾਰੇ ਜ਼ਰੂਰ ਦੱਸੋ। ਧੰਨਵਾਦ।